ਸੋ ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਪ੍ਰੀਤ ਰਮਣਾ ਸੋ ਲੈ ਕੇ ਆਇਆ ਜੇ ਖੁਰ ਨਵੀਂ ਵੀਡੀਓ, ਨਵਾਂ ਟੋਪਿਕ, ਨਵਾਂ ਟਟੋਰੀਅਲ। ਹੋਪ ਗਾਈ ਤੁਸੀਂ ਸਾਰੇ ਗੁੱਡ ਹੋਵੋਗੇ। ਸੋ ਗਾਈਜ਼, ਅੱਜ ਆਪਾਂ ਗੱਲ ਕਰਾਂਗੇ ਪੰਜਾਬੀ ਟਰੈਪ ਬੀਟਸ 'ਤੇ, ਮਤਲਬ ਲਾਈਕ ਇੱਥੇ ਪੰਜਾਬੀ ਗਾਣੇ ਬਣਦੇ ਆ, ਜਿਹੜਾ BPM ਮੈਂ ਰੱਖਿਆ 91 ਦਾ, ਇੱਥੇ ਮੋਸਟਲੀ ਪੰਜਾਬੀ ਗਾਣੇ ਬਣਦੇ ਆ, ਜਿਵੇਂ ਸਿੱਧੂ ਦੇ ਗਾਣੇ ਹੁੰਦੇ ਆ, ਹੈ ਨਾ, ਲਾਈਕ ਜਿੱਦਾਂ ਅੱਜ ਕੱਲ੍ਹ ਚੱਲਦੇ ਆ, ਹੈ ਨਾ। ਸੋ ਯੂਟਿਊਬ 'ਤੇ ਮੋਸਟਲੀ ਇੱਦਾਂ ਦਾ BPM ਬਹੁਤ ਘੱਟ ਹੈ, ਮੈਂ ਵੀ ਸਰਚ ਕਰਦਾ ਰਹਿੰਦਾ, ਹੈ ਨਾ। ਸੋ ਦੇਖੋ, ਆਪਾਂ ਵੀ ਸਿੱਖਦੇ ਰਹੀਦਾ। ਸੋ ਜੇ ਵੀਡੀਓ ਮੇਰੀਆਂ ਵਧੀਆ ਲੱਗਦੀ ਹੁੰਦੀਆਂ, ਚੈਨਲ ਨੂੰ ਸਬਸਕ੍ਰਾਈਬ, ਲਾਈਕ, ਸ਼ੇਅਰ ਕਰ ਦਿਆ ਕਰੋ। ਪਲੱਸ ਗਾਈਜ਼, ਕੋਰਸ ਸਟਾਰਟ ਹੋ ਚੁੱਕਿਆ, ਕੋਰਸ ਜੁਆਇਨ ਕਰਨ ਲਈ, ਠੀਕ ਹੈ, ਮੈਨੂੰ DM ਕਰੋ, ਮੈਨੂੰ ਮੈਸੇਜ ਕਰੋ। ਅਤੇ ਗਾਈਜ਼, ਇੱਕ ਗੱਲ ਹੋਰ, ਮੇਰੇ ਕੋਰਸ ਦਾ ਪ੍ਰਾਈਜ਼ ਹੈ ਗਾਈਜ਼ ਵਧੀਆ, ਠੀਕ ਹੈ। ਮੈਂ ਚੀਪ ਨਹੀਂ ਸਿਖਾਉਂਦਾ, ਮੈਂ ਪ੍ਰੋਪਰਲੀ ਪ੍ਰੋਫੈਸ਼ਨਲੀ ਸਿਖਾਉਣਾ ਬੰਦੇ ਨੂੰ, ਜਿੱਦਾਂ ਇੰਡਸਟਰੀ 'ਚ ਚੱਲਦਾ। ਮੈਂ ਆਪਦੇ ਸਟੂਡੈਂਟਸ ਦਾ ਬਜਟ ਹਾਈ ਦੇਖਦਾ ਕਿ ਉਹ ਮੈਕਸੀਮਮ 50,000, 60,000, 80,000 ਰੁਪਇਆ ਕਮਾਉਣ, ਕਿਉਂਜ ਮੈਂ ਲੱਖ ਪਲੱਸ ਬਜਟ ਲੈਂਦਾ, ਹੈ ਨਾ, ਇੱਕ ਗਾਣੇ ਦਾ, ਪਰ ਗਾਣੇ ਦਾ 1-20, 1-25, 1-30 ਲੱਖ ਇੱਥੇ ਤੱਕ ਮੈਂ ਲੈਂਦਾ, ਠੀਕ ਹੈ, ਗਾਣੇ ਦੇ ਰਿਕੁਆਇਰਮੈਂਟ ਦੇ ਅਕੋਰਡਿੰਗ। ਸੋ ਉਸ ਕਰਕੇ ਮੈਂ ਕਹਿੰਦਾ ਬਈ ਮੇਰਾ ਕੋਰਸ ਵੀ ਥੋੜ੍ਹਾ ਜਿਹਾ ਕੋਸਟਲੀ ਹੈ, ਬਾਹਲਾ ਕੋਸਟਲੀ ਨਹੀਂ ਹੈਗਾ, ਠੀਕ ਹੈ। ਜਿੰਨੇ ਨੂੰ ਵੀ ਦੱਸਦਾ, ਅਗਲਾ ਕਹਿੰਦਾ ਬਈ ਥੋੜ੍ਹਾ ਜਿਹਾ ਕੋਸਟਲੀ ਹੈ, ਠੀਕ ਹੈ। ਸੋ ਬਥੇਰੇ ਸਟੂਡੈਂਟ ਲੱਗਦੇ ਵੀ ਹੈ, ਸੋ ਕਈ ਲੱਗਦੇ ਵੀ ਨਹੀਂ। ਬਸ ਬ੍ਰੋ, ਮੈਂ ਪਰ ਇੰਨੇ 'ਚ ਹੀ ਸਿਖਾਉਣਾਗਾ, ਹੈ ਨਾ, ਜੇ ਤੁਸੀਂ ਇੰਡਸਟਰੀ ਲੈਵਲ ਦਾ ਪੂਰਾ ਕੰਮ ਸਿੱਖਣਾ, ਉਹ ਗਰੰਟੀ ਮੇਰੀ ਹੈ, ਠੀਕ ਹੈ। ਮੇਰੇ ਕੋਲ 3 ਮਹੀਨੇ ਆਓ, 4 ਮਹੀਨੇ ਆਓ, 5 ਮਹੀਨੇ ਆਓ, 6 ਮਹੀਨੇ ਆਓ, ਮੈਨੂੰ ਕੋਈ ਪ੍ਰੋਬਲਮ ਨਹੀਂ। ਮੈਂ ਸਾਲ 2-2 ਸਾਲ ਸਿਖਾਉਣਾ ਰਹਿਣਾ ਬੱਚਿਆਂ ਨੂੰ, ਮਤਲਬ ਜਦੋਂ ਮਰਜ਼ੀ ਆਓ ਯਾਰ, ਸਿਖਾ ਤਾਂ ਮੈਂ 2 ਮਹੀਨਿਆਂ 'ਚ ਦਿੰਦਾ, ਪਰ ਜਦੋਂ ਮਰਜ਼ੀ ਆਓ। ਸੋ ਪਹਿਲਾਂ ਬੀਟ ਸੁਣਾਉਣਾ ਮੈਂ ਤੁਹਾਨੂੰ, ਜੇ ਤੁਹਾਨੂੰ ਵਧੀਆ ਲੱਗੀ ਤਾਂ ਨਾ ਲਾਈਕ, ਸ਼ੇਅਰ, ਕਮੈਂਟ ਜ਼ਰੂਰ ਕਰਿਓ। ਸੋ ਸੁਣਦੇ ਆਪਾਂ, ਉਵੇਂ ਡਿਟੋ ਕੰਪੋਜ਼ ਮੈਂ ਗਾਈ ਹੋਈ ਹੈ, ਲਿਰਿਕਸ ਹੈ ਨਹੀਂ ਗਏ। ਸੋ ਜੇ ਕਿਸੇ ਨੇ ਬਾਏ ਵੀ ਕਰਨੀ ਹੋਈ ਬੀਟ, ਬਈ ਮੈਨੂੰ ਦੱਸ ਦਿਓ, ਮੈਂ ਤੁਹਾਨੂੰ ਰੇਟ ਦੱਸ ਚੁੱਕਿਆ। ਅਤੇ ਬਾਕੀ ਉਦੋਂ ਆਪਾਂ ਫੁੱਲ ਗਾਣਾ ਬਣਾ ਲਾਂਗੇ ਵਿਦ ਕੰਪੋਜ਼, ਐਵਰੀਥਿੰਗ, ਸਾਰਾ ਕੁਛ, ਤੋਂ ਆਪਾਂ ਯੂਟਿਊਬ ਤੋਂ ਡਿਲੀਟ ਕਰ ਦਾਂਗੇ। ਸੋ ਸੁਣਦੇ ਹਾਂ। ਹੋ ਜਿੱਦੀ ਜੱਟ ਬੜੇ ਆ ਤੇ ਭੋਰਾ ਵੀ ਨਹੀਂ ਮੰਨਦੇ, ਰਾਈਡ ਚੁੱਕੀ ਲੋ ਤੇ ਕਰਾਉਂਦੇ ਬਿੱਲੋ ਥਨ ਤੇ, ਕਰਦੇ ਆ ਗੋਲੀਆਂ ਤੇ ਚੱਲਦੀਆਂ ਡੋਲੀਆਂ ਨੀ, ਅੱਖਾਂ 'ਚ ਬਰੇਟੇ ਜਿਵੇਂ ਪੰਨ ਦੀਆਂ ਗੋਲੀਆਂ, ਮੈਨੂੰ ਲੱਗੇ ਜਿਵੇਂ ਗੰਨ ਤੇ ਬਲੌਡ, ਜਿਵੇਂ ਹੱਥੀਆਂ 'ਚ ਚੋਰ, ਮੈਨੂੰ ਲੱਗਦਾ ਬਰੋਲੀ ਜਿਵੇਂ ਠਾਊਗੀ, ਗੰਨਾਂ 'ਚ ਨੀ ਤੇਰੇ ਆ ਤੇਰੇ ਆ ਤੇਰੇ ਆ ਤੇਰੇ ਆ ਬਿੱਲੋ ਆਊਗੀ ਨੀ, ਗੰਨਾਂ 'ਚ ਨੀ ਤੇਰੇ ਆ ਤੇਰੇ ਆ ਤੇਰੇ ਆ ਤੇਰੇ ਆ ਬਿੱਲੋ ਆਊਗੀ। ਸੋ ਗਾਈਜ਼, ਇਹ ਬੀਟ ਸੀਗੀ, ਹੋਪ ਤੁਹਾਨੂੰ ਵਧੀਆ ਲੱਗੀ ਹੋਊਗੀ। ਜੇ ਵਧੀਆ ਲੱਗੀ ਤਾਂ ਸ਼ੇਅਰ, ਲਾਈਕ, ਕਮੈਂਟ ਜ਼ਰੂਰ ਕਰਿਓ। ਅਤੇ ਇਹਦਾ ਮੈਂ ਤੁਹਾਨੂੰ ਦਿਖਾਉਣਾ, ਮੈਂ ਹਮੇਸ਼ਾ ਇੱਕ ਸੈਂਪਲ ਤੋਂ, ਮਤਲਬ ਤੁਹਾਨੂੰ ਦੱਸਦਾ ਵੀ ਇੱਕ ਸੈਂਪਲ ਦੇ ਵਿੱਚ ਹਜੇ ਹੁੱਕ ਲੈਣ 'ਤੇ ਥੋੜ੍ਹੀਆਂ ਫਿਲ ਆਊਟ ਹੋ ਸਕਦੀਆਂ, ਲਾਈਕ ਆ ਵੋਕਲਾਂ ਲੱਗ ਸਕਦੀਆਂ, ਵੋਕਸ, ਠੀਕ ਹੈ, ਜਿੱਦਾਂ ਹੁੰਦੀਆਂ ਲੂਪਸ। ਅਤੇ ਮੈਂ ਤੁਹਾਨੂੰ ਦਿਖਾ ਦਿੰਦਾ ਡੀਕੰਸਟਰਕਸ਼ਨ, ਇਹਦੀ ਕੰਸਟਰਕਸ਼ਨ ਸਿਨਮੈਟਿਕਸ ਦੀ ਲੂਪ ਹੈ, ਲੋ ਅਤੇ ਹਾਈ ਐਂਡ ਕੱਟੇ ਹੋਏ ਆ, ਓਰੀਜਨਲ ਇੱਦਾਂ ਸਾਊਂਡ ਕਰਦੀ ਹੈ ਇਹ। ਸੋ ਜਿਹੜੀ ਬੇਸ ਸੀ ਉਹ ਮੈਂ ਕੱਟਤੀ, ਲੋਸ ਅਤੇ ਹਾਈਜ਼ ਕੱਟਤੇ, ਥੋੜ੍ਹੀ ਕਲੀਨ ਹੋ ਗਈ, ਹੈ ਨਾ। ਦੈਨ ਉਸ ਤੋਂ ਬਾਅਦ ਮੈਂ ਬਣਾਇਆ ਆਪਦਾ ਪੈਟਰਨ ਹਾਈ ਹੈਟ ਦਾ, ਕਾਊਂਟਰ ਸਨੇਰ 'ਤੇ ਥੋੜ੍ਹੀ ਮੈਂ ਰਿਵਰਬ ਲਾਈ ਹੈ, ਮੈਨੂੰ ਸੋ ਆਹ ਮੈਂ ਕਿੱਦਾਂ ਬਣਾਇਆ ਗਾਈਜ਼, ਬਹੁਤ ਸੌਖਾ ਹੈ। ਤੁਸੀਂ ਇੱਕ ਲੂਪ ਲੈਣੀ ਹੈ ਇੱਥੇ, ਮਤਲਬ ਇੱਕ, ਮਤਲਬ ਕੀ ਲੈਣੀ ਹੈ, ਨੋਟ ਲਿਆ, ਆਲਟ ਪਲੱਸ U ਪ੍ਰੈਸ ਕਰ ਦੇਣਾ, ਸੋ ਆਹ ਬਣ ਜੂਗਾ।
ਸੋ ਇੱਦਾਂ ਬਣਾਇਆ ਦੇਖੋ, ਠੀਕ ਹੈ। ਉਦੋਂ ਉਸ ਤੋਂ ਬਾਅਦ ਇਹਦੀ ਮੈਂ ਇਹਦੇ ਨਾਲ ਵਲੋਸਿਟੀ ਨਾਲ ਛੇੜਛਾੜ ਕੀਤੀ ਹੈ, ਸੋ ਦੈਨ ਇਹਦਾ ਇੱਕ ਮਤਲਬ ਰੋਲ ਜਿਹਾ ਬਣ, ਠੀਕ ਹੈ, ਬਹੁਤ ਈਜ਼ੀ ਹੈ ਬਣਾਉਣਾ ਇਹ। ਦੈਨ ਹਾਈ ਐਂਡ ਸਿੰਪਲ ਟੂ ਵਾਲੀਆਂ, ਠੀਕ ਹੈ, ਕਲੈਪ ਉਹੀ ਜਿੱਦਾਂ ਮੈਂ ਹਮੇਸ਼ਾ ਲਾਉਂਦਾ। ਕਿੱਧਰ ਗਈਆਂ ਕਲੈਪਸ? ਆ ਰਹੀ, ਠੀਕ ਹੈ। ਦੈਨ ਓਪਨ ਹਾਈ ਹੈਟ, ਇੱਕ ਚੈਂਟ ਜਿਹਾ ਥੋੜ੍ਹਾ ਜਿਹਾ, ਦੈਨ ਬਸ ਇੰਨਾ ਕੀ ਹੈ। ਸੋ ਇੰਨੀ ਕੁ ਮੈਂ ਪ੍ਰੋਡਕਸ਼ਨ ਬਣਾਈ ਹੈ। ਠੀਕ ਹੈ, ਉਸ ਤੋਂ ਬਾਅਦ ਮੇਰੀ 8-8, ਸੋ ਆਹ ਮੇਰੀ 8-8 ਹੈ, ਦੇਖ ਲਓ। ਦੋ ਨੋਟਸ 'ਤੇ ਖੇਡਿਆ ਬਸ, ਸਿੰਪਲ। ਉਸ ਤੋਂ ਬਾਅਦ ਥੋੜ੍ਹੀ ਵੇਰੀਏਸ਼ਨ ਹੈ, ਇਸੇ ਤਰ੍ਹਾਂ ਹੀ ਫਿਰ ਉਦੋਂ ਬਾਅਦ ਕਿੱਕ ਹੈ। ਸਿੰਪਲ ਕਿੱਕ, ਠੀਕ ਹੈ। ਦੈਨ ਆਪਾਂ ਇਕੱਠਾ ਸੁਣਦੇ ਹੁਣ ਇਹਨਾਂ ਦਾ ਕੀ ਕੌਂਬੋ ਬਣਦਾ, ਕਿੱਕ ਸੁਣ ਇਹਨਾਂ ਦੇਖਦੇ ਹਾਂ ਪਹਿਲਾਂ। ਠੀਕ ਹੈ, 8-8 ਨਾਲ ਦੇਖ ਲੈਂਦੇ ਹਾਂ। ਇੱਧਰ ਦੇਖਦੇ ਹਾਂ, ਬਹੁਤ ਸਿੰਪਲ, ਬਹੁਤ ਸੋਹਣਾ, ਠੀਕ ਹੈ, ਪ੍ਰੋਪਰਲੀ ਪ੍ਰੋਫੈਸ਼ਨਲੀ ਸਾਊਂਡ ਕਰਦਾ। ਆਪਾਂ ਇਹਦੇ ਗਾਣੇ ਕੁਛ ਵੀ ਬਣਾ ਸਕਦੇ ਹਾਂ। ਸਿੱਧੂ ਦੀਆਂ ਮੋਸਟਲੀ ਕੰਪੀਟੀਸ਼ਨ ਇੱਦਾਂ ਦੀ ਬੀਟਸ 'ਤੇ ਹੁੰਦੀਆਂ, ਸੋ ਬਣਾ ਲੈਂਦਾ, ਬਹੁਤ ਬਣਾ ਲੈਂਦਾ ਸੀ, ਸੋਰੀ। ਅਤੇ ਦੈਨ ਹੋਰ ਇੱਕ ਕਲੈਪ ਲੱਗੀ, ਸਪੋਰਟਿੰਗ ਕਲੈਪ ਹੈ, ਕਿ ਸਾਊਂਡ ਮੇਰਾ ਹੋਰ ਥੋੜ੍ਹਾ ਜਿਹਾ ਮਤਲਬ ਖੁੱਲ੍ਹ ਕੇ ਆਵੇ, ਮਤਲਬ ਹੋਰ ਥੋੜ੍ਹਾ ਹੈਵੀ ਸਾਊਂਡ ਕਰੇ, ਠੀਕ ਹੈ। ਉਸ ਤੋਂ ਬਾਅਦ ਤਾਂ SFX ਹੈ, ਇੱਕ ਆਹ ਵਨ ਨੋਟ ਦਾ ਕੁਛ ਵੀ, ਇੱਕ ਮੈਂ ਉਹ ਹੀ ਲਾਤਾ ਬਸ। ਦੈਨ ਹਾਈ, ਦੈਨ ਕ੍ਰੈਸ਼ਸ, ਰਾਈਜ਼ਰ, ਠੀਕ ਹੈ, ਆਹ ਬੋਕਸ, ਬਸ ਉਸ ਤੋਂ ਬਾਅਦ ਪ੍ਰਕਾਸ਼ਨਸ ਹੈ ਗਾਈਜ਼, ਅਤੇ ਉਹਦੇ ਨਾਲ ਖੇਡਿਆ ਹੋਇਆ ਮੈਂ। ਸੋ ਆਪਣਾ ਗਾਣਾ ਬਣਦਾ ਇੱਦਾਂ, ਸੁਣਾ ਦੇਣਾ ਫਿਰ। ਜਿੱਦੀ ਜੱਟ ਬੜੇ ਆ ਤੇ ਭੋਰਾ ਵੀ ਨੀ ਮੰਨਦੇ, ਰਾਈਡ ਚੁੱਕੀ ਲੋ ਤੇ ਕਰਾਉਂਦੇ ਬਿੱਲੋ ਥਨ ਤੇ, ਕਰਦੇ ਆ ਗੋਲੀਆਂ ਤੇ ਚੱਲਦੀਆਂ ਡੋਲੀਆਂ ਨੀ, ਅੱਖਾਂ ਚ ਬਰੇਟੇ ਜਿਵੇਂ ਭੰਨਦੀਆਂ ਗੋਲੀਆਂ, ਮੈਨੂੰ ਲੱਗੇ ਜਿਵੇਂ ਗੰਨ ਤੇ ਬਲੌੜ, ਜਿਵੇਂ ਹੱਥੀਆਂ ਚ ਚੋਰ, ਮੈਨੂੰ ਲੱਗਦਾ ਬਰੋਲੀ ਜਿਵੇਂ ਠਾਊਗੀ, ਗੰਨਾ ਚ ਨੀ ਤੇਰੇ ਆ ਤੇਰੇ ਆ ਤੇਰੇ ਆ ਤੇਰੇ ਆ ਬਿੱਲੋ ਆਊਗੀ ਨੀ, ਗੰਨਾ ਚ ਨੀ ਤੇਰੇ ਆ ਤੇਰੇ ਆ ਤੇਰੇ ਆ ਤੇਰੇ ਆ ਬਿੱਲੋ ਆਊਗੀ। ਸੋ ਗਾਈਜ਼, ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ, ਕਮੈਂਟ, ਲਾਈਕ ਜ਼ਰੂਰ ਕਰਿਓ, ਠੀਕ ਹੈ। ਅਤੇ ਲਵ ਯੂ ਹੈ ਤੁਹਾਡੇ ਨਾਲ, ਇੱਦਾਂ ਹੀ ਮੈਂ ਰੋਜ਼ ਕੋਸ਼ਿਸ਼ ਕਰ ਰਿਹਾ ਕੁਛ ਨਾ ਕੁਛ ਬਣਾਉਣ ਦੀ, ਕੋਜ਼ ਮੈਂ ਪਾਈ ਜਾਣੀ ਵੀਡੀਓ,
ਇਹ 'ਚ ਮੇਰੀ ਆਪਦੀ ਪ੍ਰੋਡਕਸ਼ਨ ਵੀ ਥੋੜ੍ਹੀ ਥੋੜ੍ਹੀ ਵਧੀਆ ਹੁੰਦੀ ਹੈ, ਮਤਲਬ ਜਿੱਦਾਂ ਮੰਨ ਲਓ ਰੋਜ਼ ਮਿਹਨਤ ਕਰਾਂਗੇ ਤਾਂ ਓਬਵੀਅਸਲੀ ਗੱਲ ਹਰੇਕ ਬੰਦਾ ਮਤਲਬ ਪੋਲਿਸ਼ ਹੁੰਦਾ, ਰੋਜ਼ ਰੋਜ਼ ਉਹ ਕੰਮ ਕਰਦਾ ਰਹਿੰਦਾ ਹੈ ਨਾ। ਅਤੇ ਬਸ ਇਹੀ ਸੀਗਾ, ਲਵ ਯੂ ਆ, ਬਾਏ ਗਾਈਜ਼।